ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਲਾਇਬ੍ਰੇਰੀ ਦੇ ਬਾਰੇ ਦੇ ਵਿੱਚ। ਲਾਇਬ੍ਰੇਰੀ ਵੀ ਉਹ ਜੋ ਕਿ ਇੱਕ ਮਹਾਨ ਯੋਧੇ ਤੇ ਸ਼ਾਸਕ ਵੱਲੋਂ ਬਣਾਈ ਗਈ ਸੀ। ਜੀ ਹਾਂ ਦੋਸਤੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਈ ਗਈ ਲਾਇਬ੍ਰੇਰੀ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਯੋਧੇ ਤੇ ਸ਼ਾਸਕ ਹੋਣ ਦੇ ਨਾਲ ਨਾਲ ਇਤਿਹਾਸ ਅਤੇ ਸਾਹਿਤ ਪ੍ਰੇਮੀ ਵੀ ਸਨ। ਇਸ ਦੀ ਗਵਾਹੀ ਉਹਨਾਂ ਵੱਲੋਂ ਬਣਾਇਆ ਗਿਆ ਸਿੱਖ ਰਾਜ ਦੇ ਵਿੱਚ ਕਿਤਾਬ ਘਰ ਸੀ। ਇਸ ਨੂੰ ਅਸੀਂ ਸਿੱਖ ਰਾਜ ਦੀ ਪਹਿਲੀ ਲਾਇਬ੍ਰੇਰੀ ਵੀ ਆਖ ਸਕਦੇ ਹਾਂ। ਪਰ ਇਹ ਕਿਤਾਬ ਘਰ ਮਹਾਰਾਜਾ ਰਣਜੀਤ ਸਿੰਘ ਨੇ ਕਿਉਂ ਬਣਾਇਆ ਅਤੇ ਇਸ ਵਿੱਚ ਕਿਹੜੀਆਂ ਕਿਹੜੀਆਂ ਕਿਤਾਬਾਂ ਅਤੇ ਹੱਥ ਲਿਖਤਾਂ ਮੌਜੂਦ ਸਨ ਅਤੇ ਆਖਰ ਇਸ ਕਿਤਾਬ ਘਰ ਨਾਲ ਕੀ ਬੀਤੀ, ਇਸ ਵਿਸ਼ੇ 'ਤੇ ਹੀ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਸਿੱਖ ਵਿਦਵਾਨ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਜੀ ਨੇ ਆਪਣੀ ਇੱਕ ਕਿਤਾਬ ਸਿੱਖਾਂ ਦਾ ਤਰੀਖੀ ਤਬੂ ਘਾਟ ਵਿੱਚ ਮਹਾਰਾਜਾ ਰਣਜੀਤ ਸਿੰਘ ਪੁਸਤਕਾਲਿਆ ਦੇ ਸਿਰਲੇਖ ਹੇਠ ਇੱਕ ਲੰਬਾ ਅਤੇ ਖੋਜ ਭਰਪੂਰ ਲੇਖ ਲਿਖਿਆ। ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਪੁਸਤਕਾਲਿਆ ਵਿੱਚ ਮੌਜੂਦ ਕੁਝ ਅਨਮੋਲ ਕਿਤਾਬਾਂ ਦੀ ਸੂਚੀ ਵੀ ਇਸ ਲੇਖ ਦੇ ਵਿੱਚ ਦਿੱਤੀ ਗਈ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਜੀ ਨੂੰ ਇਹ ਕਿਤਾਬਾਂ ਦੀ ਸੂਚੀ ਪੰਜਾਬ ਸਰਕਾਰ ਦੇ ਇਤਿਹਾਸਕ ਕਾਗਜ਼ਾਂ ਦੀ ਫੋਲਾਫਾਲੀ ਕਰਦਿਆਂ ਮਿਲੀ, ਜੋ ਅੰਤਿਮ ਸਿੱਖ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਖਜ਼ਾਨਚੀ ਦੀਵਾਨ ਮੇਘਰਾਜ ਦੇ ਹੱਥਾਂ ਦੀ ਲਿਖੀ ਹੋਈ ਹੈ। ਮੇਰੇ ਵੱਲੋਂ ਦੱਸੀ ਜਾ ਰਹੀ ਹੈ ਸਾਰੀ ਜਾਣਕਾਰੀ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦੇ ਲੇਖ ਮਹਾਰਾਜਾ ਰਣਜੀਤ ਸਿੰਘ ਪੁਸਤਕਾਲਿਆ ਵਿੱਚੋਂ ਲਈ ਗਈ ਹੈ, ਜਾਂ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਉਹਨਾਂ ਦੇ ਲੇਖ ਨੂੰ ਛੋਟਾ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ। ਸਰਦਾਰ ਅਸ਼ੋਕ ਜੀ ਅਨੁਸਾਰ ਉਸ ਵਿੱਚ ਖਾਲਸਾ ਦਰਬਾਰ ਦੇ ਲਾਹੌਰ ਪੁਸਤਕਾਲਿਆ ਦੀਆਂ ਜਿੰਨੀਆਂ ਪੁਸਤਕਾਂ ਦਾ ਜ਼ਿਕਰ ਹੈ ਉਹ ਸਭ ਉਸ ਸਮੇਂ ਕਿਲ੍ਹਾ ਲਾਹੌਰ ਦੇ ਤੋਸ਼ੇਖਾਨੇ ਦੇ ਵਿੱਚ ਮੌਜੂਦ ਸਨ। ਉਹਨਾਂ ਵਿੱਚੋਂ ਬਹੁਤੀਆਂ ਹੱਥ ਦੀਆਂ ਲਿਖੀਆਂ ਹੋਈਆਂ ਅਤੇ ਨਜਾਬ ਪੁਸਤਕਾਂ ਸਨ। ਇਹ ਅਮੋਲਕ ਪੁਸਤਕਾਲਿਆ ਸ਼ੇਰੇ ਪੰਜਾਬ ਦੇ ਵਿਦਿਅਕ ਪ੍ਰੇਮ ਦਾ ਨਤੀਜਾ ਸੀ। ਵਿੱਦਿਆ ਦੇ ਪ੍ਰਚਾਰ ਤੋਂ ਬਿਨਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਵਿਤਾ ਅਤੇ ਗਿਆਨ ਚਰਚਾ ਨਾਲ ਵੀ ਬਹੁਤ ਦਿਲਚਸਪੀ ਸੀ। ਕਵੀ ਹਾਸ਼ਮ, ਕਵੀ ਬੁੱਧ ਸਿੰਘ, ਕਵੀ ਗਵਾਲ ਆਦਿ ਕਈ ਹਿੰਦੀ, ਪੰਜਾਬੀ, ਸੰਸਕ੍ਰਿਤ ਅਤੇ ਫਾਰਸੀ ਦੇ ਕਵੀ ਅਤੇ ਲਿਖਾਰੀ ਉਹਨਾਂ ਦੇ ਦਰਬਾਰ ਦੇ ਵਿੱਚ ਸ਼ਾਮਲ ਸਨ। ਇਤਿਹਾਸ ਲਿਖਾਉਣ ਵਿੱਚ ਵੀ ਮਹਾਰਾਜਾ ਜੀ ਖਾਸ ਰੁਚੀ ਸੀ ਅਤੇ ਇਸ ਕੰਮ ਲਈ ਉਹਨਾਂ ਨੇ ਮੁਨਸ਼ੀ ਸੋਹਨ ਲਾਲ ਅਤੇ ਦੀਵਾਨ ਅਮਰਨਾਥ ਨੂੰ ਰਾਜ ਸਮਾਨ ਦੇ ਕੇ ਦਰਬਾਰ ਦੇ ਵਿੱਚ ਰੱਖਿਆ ਹੋਇਆ ਸੀ। ਮੁਨਸ਼ੀ ਸੋਹਨ ਲਾਲ ਦੀ ਉਮਦਾਤੂ ਤਵਾਰੀਖ ਅਰਥਾਤ ਰੋਜ਼ਾਨ ਮਚਾ ਰਣਜੀਤ ਸਿੰਘ ਅਤੇ ਦੀਵਾਨ ਅਮਰਨਾਥ ਦਾ ਜ਼ਫਰਨਾਮਾ ਰਣਜੀਤ ਸਿੰਘ, ਇਹ ਦੋਵੇਂ ਪੁਸਤਕਾਂ ਮਹਾਰਾਜੇ ਦੇ ਇਤਿਹਾਸਕ ਪ੍ਰੇਮ ਦਾ ਸਬੂਤ ਹਨ। ਇਸੇ ਤਰ੍ਹਾਂ ਇੱਕ ਪੁਸਤਕ ਹਿੰਦੁਸਤਾਨ ਦਾ ਇਤਿਹਾਸ ਮਹਾਰਾਜਾ ਲਈ ਲਿਖੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਪੁਸਤਕ ਪ੍ਰੇਮ ਦਾ ਜੇਕਰ ਅਨੁਮਾਨ ਲਗਾਉਣਾ ਹੋਵੇ ਤਾਂ ਇਸ ਗੱਲ ਤੋਂ ਅਸੀਂ ਚੰਗੀ ਤਰ੍ਹਾਂ ਲਗਾ ਸਕਦੇ ਹਾਂ ਕਿ ਇੱਕ ਵਾਰ ਪਿਸ਼ਾਵਰ ਵਿੱਚ ਜੰਗ ਹੋ ਰਹੀ ਸੀ ਅਤੇ ਮਹਾਰਾਜੇ ਦਾ ਹੁਕਮ ਸੀ ਕਿ ਚਮਕਾਨੀ ਦੀ ਜ਼ਿਆਰਤਗਾਹ ਵਿੱਚ ਮੁਸਲਮਾਨਾਂ ਦਾ ਜੋ ਪੁਸਤਕਾਲਿਆ ਹੈ ਉਸ ਨੂੰ ਹਰ ਹਾਲ ਬਚਾ ਕੇ ਰੱਖਣਾ। ਇੱਥੇ ਹੀ ਬਸ ਨਹੀਂ, ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਜੀ ਨੂੰ ਵੀ ਪੀਰ ਮੁਹੰਮਦ ਚੱਠੇ ਪਾਸੋਂ ਰਸੂਲ ਨਗਰ ਦੀ ਲੜਾਈ ਵਿੱਚ ਜੋ ਮੁਕੱਦਸ ਚੀਜ਼ਾਂ ਹਜ਼ਰਤ ਮੁਹੰਮਦ ਸਾਹਿਬ ਦੀਆਂ ਮਿਲੀਆਂ ਸਨ ਉਹ ਮਹਾਰਾਜਾ ਨੇ ਬੜੇ ਸਤਿਕਾਰ ਨਾਲ ਲਾਹੌਰ ਮੰਗਵਾ ਕੇ ਕਿਲ੍ਹੇ ਵਿੱਚ ਸਾਂਭ ਕੇ ਰੱਖੀਆਂ। ਇਹਨਾਂ ਮੁਕੱਦਸ ਚੀਜ਼ਾਂ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਜੁੱਤੇ, ਛਤਰੀ, ਕੁੜਤਾ, ਟੋਪੀ, ਪਜਾਮੇ ਅਤੇ ਹੱਥ ਵਿੱਚ ਫੜਨ ਵਾਲੀ ਇੱਕ ਛਟੀ ਆਦਿ ਦੇ ਨਾਲ ਇੱਕ ਬੰਦਗੀ ਦੀ ਕਿਤਾਬ ਵੀ ਸੀ ਜੋ ਕੂਫੇ ਦੀ ਲਿਪੀ ਵਿੱਚ ਲਿਖੀ ਹੋਈ ਸੀ। ਨਿਜ਼ਾਮ ਹੈਦਰਾਬਾਦ ਦੇ ਇੱਕ ਦੋ ਹੋਰ ਮੁਸਲਮਾਨ ਨਵਾਬਾਂ ਨੇ ਚੋਖਾ ਅਫਜ਼ਾਨਾ ਦੇ ਕੇ ਇਹ ਮੁਕੱਦਸ ਚੀਜ਼ਾਂ ਲੈਣ ਦੀ ਖਾਹਿਸ਼ ਵੀ ਜ਼ਾਹਿਰ ਕੀਤੀ ਪਰ ਮਹਾਰਾਜਾ ਨੇ ਕੋਰਾ ਜਵਾਬ ਦੇ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਦੇ ਦਿਲ ਵਿੱਚ ਦੂਜੇ ਮਹਿਜਬਾਂ ਦੀਆਂ ਮੁਕੱਦਸ ਚੀਜ਼ਾਂ ਬਾਰੇ ਕਿੰਨੀ ਇੱਜ਼ਤ ਸੀ। ਮਹਾਰਾਜਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਾਉਣ ਦਾ ਵੀ ਬਹੁਤ ਸ਼ੌਂਕ ਸੀ, ਜਿਸ ਕਰਕੇ ਉਹਨਾਂ ਅਨੇਕਾਂ ਬੀੜਾਂ ਲਿਖਵਾ ਕੇ ਲੋੜਵੰਦ ਤਹਾਂ 'ਤੇ ਪਹੁੰਚਾਈਆਂ। ਦੋਸਤੋ, ਹੁਣ ਅਸੀਂ ਗੱਲ ਕਰਦੇ ਹਾਂ ਕਿ ਮਹਾਰਾਜਾ ਦੇ ਰਾਜ ਤੋਂ ਬਾਅਦ ਇਸ ਕਿਤਾਬ ਘਰ ਨਾਲ ਕੀ ਬੀਤੀ। ਖਾਲਸਾ ਦਰਬਾਰ ਦਾ ਇਹ ਅਮੋਲਕ ਪੁਸਤਕਾਲਿਆ ਵੀ ਸੰਨ 1849 ਈਸਵੀ ਵਿੱਚ ਜਦ ਅੰਗਰੇਜ਼ੀ ਸਰਕਾਰ ਨੇ ਪੰਜਾਬ ਉੱਤੇ ਕਬਜ਼ਾ ਕੀਤਾ
ਤਾਂ ਦਰਬਾਰ ਲਾਹੌਰ ਦੇ ਹੋਰ ਸਮਾਨ ਦੇ ਨਾਲ ਹੀ ਜ਼ਬਤ ਕਰ ਲਿਆ ਗਿਆ। ਪੰਜਾਬ ਦੇ ਬੋਰਡ ਆਫ ਐਡਮਿਨਿਸਟ੍ਰੇਸ਼ਨ ਵੱਲੋਂ ਹੁਕਮ ਮਿਲਣ 'ਤੇ ਦੀਵਾਨ ਮੇਘਰਾਜ ਨੇ, ਜੋ ਦਰਬਾਰ ਲਾਹੌਰ ਦਾ ਖਜ਼ਾਨਚੀ ਸੀ, ਇਸ ਪੁਸਤਕਾਲਿਆ ਦੀ ਸੂਚੀ ਤਿਆਰ ਕੀਤੀ ਅਤੇ ਰਾਜ ਪ੍ਰਬੰਧ ਬੋਰਡ ਦੇ ਸਕੱਤਰ ਵੱਲੋਂ ਗੌਰਮੈਂਟ ਆਫ ਇੰਡੀਆ ਨੂੰ ਲਿਖਿਆ ਗਿਆ ਕਿ ਇਸ ਪੁਸਤਕਾਲਿਆ ਦੀਆਂ ਜਿੰਨੀਆਂ ਵੀ ਕਾਪੀਆਂ ਨੇ ਉਹ ਨਵੇਂ ਗੌਰਮੈਂਟ ਸਕੂਲ ਅੰਮ੍ਰਿਤਸਰ ਵਿੱਚ ਰੱਖ ਦਿੱਤੀਆਂ ਜਾਣ। ਪਰ ਪਿੱਛੋਂ ਇਹ ਹੱਥ ਲਿਖਤ ਪੁਸਤਕਾਂ ਅੰਮ੍ਰਿਤਸਰ ਭੇਜਣ ਦੀ ਥਾਵੇਂ ਵਲਾਇਤ ਭੇਜਣੀਆਂ ਹੀ ਉਚਿਤ ਸਮਝੀਆਂ ਗਈਆਂ। ਫਿਰ ਇਹ ਪੁਸਤਕਾਂ ਵਲਾਇਤ ਵਿੱਚ ਕਿੱਥੇ ਅਤੇ ਕਿਸ ਲਾਇਬ੍ਰੇਰੀ ਵਿੱਚ ਭੇਜੀਆਂ ਗਈਆਂ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ, ਅਤੇ ਨਾ ਹੀ ਹੁਣ ਤੱਕ ਸ਼ਾਇਦ ਕਿਸੇ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਇਸ ਕਿਤਾਬ ਘਰ ਦੀ ਮੈਂ ਗੱਲ ਹੋਰ ਅੱਗੇ ਤੋਰਾਂ ਤਾਂ ਇਸ ਪੁਸਤਕਾਲਿਆ ਵਿੱਚ ਸੰਸਕ੍ਰਿਤ, ਫਾਰਸੀ, ਪੰਜਾਬੀ, ਹਿੰਦੀ, ਅਰਬੀ ਅਤੇ ਉਰਦੂ ਸਮੇਤ 6 ਭਾਸ਼ਾਵਾਂ ਦੀਆਂ ਕਿਤਾਬਾਂ ਸਨ। ਮਜਗੂਨਾਂ ਦੇ ਹਿਸਾਬ ਨਾਲ ਇਹਨਾਂ ਜਵਾਨਾਂ ਦੀਆਂ ਪੁਸਤਕਾਂ ਨੂੰ ਧਰਮ, ਸਾਹਿਤ, ਕਾਵਿ, ਜੋਤਿਸ਼, ਜੁਗਰਾਫੀਆ, ਕਾਨੂੰਨ ਆਦਿ ਦਰਸ਼ੀ ਪੁਸਤਕਾਂ ਦੇ ਨਾਮ ਦੇ ਸਕਦੇ ਹਾਂ। ਸਿੱਖ ਰਾਜ ਦੇ ਇਸ ਪੁਸਤਕਾਲਿਆ ਦੀਆਂ ਕਿਤਾਬਾਂ ਜੋ 3-4 ਪੁਸ਼ਤਾਂ ਤੋਂ ਜਮ੍ਹਾਂ ਹੁੰਦੀਆਂ ਚੱਲੀਆਂ ਆ ਰਹੀਆਂ ਸਨ, ਸਣੇ 3-4 ਫੁੱਟਕਲ ਕਾਗਜ਼ੀ ਬੰਡਲਾਂ ਦੇ ਗਿਣਤੀ ਵਿੱਚ 427 ਸਨ। ਇਸ ਵਿੱਚ ਕਈ ਪੁਸਤਕਾਂ ਦੀਆਂ 2-2 ਜਾਂ ਇਸ ਤੋਂ ਵਧੇਰੇ ਕਾਪੀਆਂ ਸਨ। ਇਹਨਾਂ ਤੋਂ ਬਿਨਾਂ ਕਾਗਜ਼ਾਤ ਅਰਬੀ, ਫਾਰਸੀ ਅਤੇ ਕਾਗਜ਼ਾਤ ਸ਼ਾਸਤਰੀ ਦੇ 2 ਅਲੱਗ ਬੰਡਲ ਸਨ। ਇਹਨਾਂ ਦੋਹਾਂ ਬੰਡਲਾਂ ਵਿੱਚ ਸ਼ਾਇਦ ਹਿੰਦੂ ਅਤੇ ਮੁਸਲਮਾਨ ਰਿਆਸਤਾਂ ਦੇ ਕਾਗਜ਼ਾਤ ਅਤੇ ਅਹਿਦਨਾਮੇ ਹੋਣਗੇ। ਇਸ ਪੁਸਤਕ ਸੂਚੀ ਵਿੱਚ ਅਰਬੀ, ਫਾਰਸੀ ਅਤੇ ਉਰਦੂ ਦੀਆਂ ਕਿਤਾਬਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਅਤੇ ਅਰਬੀ ਫਾਰਸੀ ਦੀਆਂ ਜੋ ਕਿਤਾਬਾਂ ਇਸ ਸੂਚੀ ਵਿੱਚ ਆਈਆਂ ਉਹ ਇਸਲਾਮੀ ਸ਼ਰੀਅਤ ਦੇ ਮੁਤਲਕ ਹਨ। ਇਸ ਤੋਂ ਇਲਾਵਾ ਈਸਾਈ ਧਰਮ ਦੀ ਪੁਸਤਕ ਇੰਜੀਲ ਵੀ ਸਿੱਖ ਰਾਜ ਦੀ ਪੁਸਤਕਾਲਿਆ ਦੇ ਵਿੱਚ ਸ਼ਾਮਲ ਸੀ। ਧਰਮ ਸੰਬੰਧੀ ਕਿਤਾਬਾਂ ਤੋਂ ਇਲਾਵਾ ਫਾਰਸੀ ਕਵਿਤਾਵਾਂ ਦੀਆਂ ਬਹਿਮੁੱਲੀਆਂ ਕਿਤਾਬਾਂ ਅਤੇ ਹਿਕਮਤ ਦੀਆਂ ਕਿਤਾਬਾਂ ਵੀ ਸਿੱਖ ਰਾਜ ਦੇ ਇਸ ਕਿਤਾਬ ਘਰ ਵਿੱਚ ਸ਼ਾਮਲ ਸਨ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦੀ ਕਿਤਾਬ ਸਿੱਖਾਂ ਦੀ ਤਾਰੀਖੀ ਤਬਾਰੂਕਾਤ ਵਿੱਚ ਦਰਜ ਮਹਾਰਾਜਾ ਰਣਜੀਤ ਸਿੰਘ ਪੁਸਤਕਾਲਿਆ ਲੇਖ ਨੂੰ ਅਸੀਂ ਸ਼ਾਰਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ। ਸੋ ਜੇਕਰ ਤੁਸੀਂ ਇਹ ਲੇਖ ਨੂੰ ਪੂਰਾ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ 'ਤੇ ਜਾ ਕੇ ਇਸ ਲੇਖ ਨੂੰ ਡਾਊਨਲੋਡ ਕਰ ਸਕਦੇ ਹੋ, ਅਤੇ ਟੈਲੀਗ੍ਰਾਮ ਦਾ ਲਿੰਕ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਗਿਆ ਹੈ, ਤੁਸੀਂ ਉੱਥੋਂ ਜਾ ਕੇ ਉਸਨੂੰ ਫੋਲੋ ਕਰ ਸਕਦੇ ਹੋ। ਇਸ ਤੋਂ ਇਲਾਵਾ ਫੇਸਬੁੱਕ, ਇੰਸਟਾ ਅਤੇ ਟਵਿੱਟਰ 'ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ, ਅਤੇ ਸਾਰੇ ਹੀ ਸੋਸ਼ਲ ਮੀਡੀਆ ਸਾਈਟਾਂ ਦੇ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਨੇ। ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਤੁਸੀਂ ਇਸਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।